ਸ਼ਿਕਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਮੋਡੀਫਾਈਡ ਕਲੱਬ ਚ ਬਹੁਤ ਸੋਹਣੀ ਇੱਕ ਵੀਡੀਓ ਲੈ ਕੇ ਆਏ ਆ ਤੁਸੀਂ ਸਾਰਿਆਂ ਨੇ ਬਹੁਤ ਡਿਮਾਂਡ ਕੀਤੀ ਸੀ ਹਾਈ ਐਂਡ ਟਰੈਕਟਰ ਵਾਲਿਆਂ ਦੀ ਵੀਡੀਓ ਦੀ ਇੰਟਰਵਿਊ ਕਰੋ ਯਾਰ ਤੇ ਉਹਨਾਂ ਕੋਲ ਆ ਗਏ ਆ ਅੱਜ ਇਹ ਸਾਰੇ ਬੈਕ ਸਾਈਡ ਤੇ ਤੁਸੀਂ ਇਹਨਾਂ ਰਸ਼ ਜਿਹੜਾ ਇੰਨੇ ਭਰਾ ਮੇਰੇ ਖੜੇ ਨੇ ਨਾ ਸਾਰੇ ਇਹ ਸਾਰੇ ਹਾਈ ਐਂਡ ਟਰੈਕਟਰ ਦਾ ਗਰੁੱਪ ਹੈ ਯਾਰ ਜਿਨ੍ਹਾਂ ਨੇ ਮਿਲ ਕੇ ਹਾਈ ਐਂਡ ਟਰੈਕਟਰ ਦਾ ਨਾਮ ਪੰਜਾਬ ਦੇ ਵਿੱਚ ਕਾਫੀ ਉੱਚਾ ਕੀਤਾ ਤੇ ਯਾਰ ਪੰਜਾਬ 'ਚ ਇਹਦਾ ਨਾਮ ਹੋਰ ਵੀ ਉੱਚਾ ਕਰਨਗੇ ਕਿਉਂਕਿ ਇਹ ਕੰਮ ਕਰਦੇ ਨੇ ਇੱਕ ਨੰਬਰ ਇਹਨਾਂ ਦੇ ਕੁਝ ਯੂਨੀਕ ਪਾਰਟ ਨੇ ਇਹ ਨਹੀਂ ਕਿ ਇਹਨਾਂ ਨੇ ਮਿਊਜ਼ਿਕ ਸਿਸਟਮ ਤੇ ਜ਼ੋਰ ਦਿੱਤਾ ਟਾਇਰਾਂ ਤੇ ਜ਼ੋਰ ਦਿੱਤਾ ਬਟ ਇਹਨਾਂ ਨੇ ਇੰਜਨ ਤੇ ਬਹੁਤ ਵਧੀਆ ਵਰਕ ਕੀਤੇ ਨੇ ਟਰੈਕਟਰ ਬਹੁਤ ਕੁਝ ਡਿਟੇਲ 'ਚ ਸਾਰੀ ਗੱਲਬਾਤ ਕਰਦੇ ਹਾਂ ਯਾਰ ਭਾਜੀ ਨਾਲ ਮਿਲਾਉਂਦੇ ਹਾਂ ਇਹ ਦਵਿੰਦਰ ਭਾਜੀ ਨੇ ਜਿਹਨਾਂ ਨਾਲ ਆਪਾਂ ਅੱਜ ਸਾਰੀ ਇੰਟਰਵਿਊ ਕਰਾਂਗੇ ਕਰ ਤਾਂ ਸਾਰਿਆਂ ਨਾਲ ਸਕਦੇ ਹਾਂ ਬਟ ਇੰਨੀ ਇੰਟਰਵਿਊ ਬਹੁਤ ਲੰਬੀ ਹੋ ਜਾਏਗੀ ਤੇ ਇੱਕ ਭਰਾ ਨੂੰ ਆਪਾਂ ਵਿੱਚੋਂ ਚੂਜ਼ ਕੀਤਾ ਜਿਹਦੇ ਕੋਲ ਸਾਰੀ ਇਨਫੋਰਮੇਸ਼ਨ ਲਵਾਂਗੇ ਤੇ ਸਾਰੇ ਦੋਸਤ ਇੱਕ ਵਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਯਾਰ ਜ਼ਰੂਰ ਕਹਿਣਗੇ ਕਰਨਾ ਚਾਹੀਦਾ ਸਾਡਾ ਤੇ ਦੱਬ ਕੇ ਕਰੋ ਯਾਰ ਸਬਸਕ੍ਰਾਈਬ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਨਾ ਤੇ ਮੈਂ ਭਾਈ ਦੀ ਇੰਸਟਾਗ੍ਰਾਮ ਆਈਡੀ ਵੀ ਤੁਹਾਨੂੰ ਦਊਂਗਾ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਭਾਈ ਨੂੰ ਜਾ ਕੇ ਉੱਥੇ ਮੈਸੇਜ ਵੀ ਕਰਿਓ ਤੇ ਫੋਲੋ ਵੀ ਕਰਿਓ ਭਾਜੀ ਜਵਾਬ ਜ਼ਰੂਰ ਦੇਣਗੇ ਤੇ ਮੇਰੀ ਇੰਸਟਾਗ੍ਰਾਮ ਆਈਡੀ ਆ ਮੋਡੀਫਾਈਡ ਅੰਡਰਸਕੋਰ ਕਲੱਬ 2020 ਜਲਦੀ ਜਲਦੀ ਜਾ ਕੇ ਉੱਥੇ ਵੀ ਫੋਲੋ ਕਰ ਲਓ ਤੁਸੀਂ ਉੱਥੇ ਵੀ ਮੈਸੇਜ ਕਰ ਸਕਦੇ ਹੋ ਸਾਨੂੰ ਤੇ ਕੁਝ ਵੀ ਪੁੱਛੋਗੇ ਭਾਜੀ ਦਾ ਡਿਟੇਲ ਆਪਾਂ ਸਾਰੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਾਂ ਕੁਝ ਵੀ ਟਰੈਕਟਰ ਬਾਰੇ ਜਾਂ ਗੱਡੀਆਂ ਬਾਰੇ ਹਾਈ ਐਂਡ ਟਰੈਕਟਰਸ ਜਿੱਥੇ ਅਸੀਂ ਆਏ ਹਾਂ ਜਿੱਥੇ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਭਰਾ ਮੇਰਾ ਆਪਣਾ ਨਾਮ ਪਹਿਲੇ ਸਭ ਤੋਂ ਪਹਿਲੇ ਮੇਰਾ ਦਵਿੰਦਰ ਸਿੰਘ ਭਾਜੀ ਤੇ ਭਾਜੀ ਨਾਲ ਕੰਟੈਕਟ ਕਰਦੇ ਹਾਂ ਮੈਨੂੰ ਬੜੀ ਮੁਸ਼ਕਲ ਨਾਲ ਅਪਾਇੰਟਮੈਂਟ ਮਿਲੀ ਹੈ ਭਾਜੀ ਬੜੀ ਦੇਰ ਤੋਂ ਤੁਹਾਡੇ ਨਾਲ ਯਾਰ ਮੈਂ ਅਪਾਇੰਟਮੈਂਟ ਲੈਣ ਲਈ ਗੱਲ ਕਰ ਰਿਹਾ ਸੀਗਾ ਭਾਜੀ ਬਿਜ਼ੀ ਸੀਗੇ ਯਾਰ ਕੰਮਾਂ ਕਾਰਾਂ ਨੂੰ ਵੀ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਟਰੈਕਟਰ ਨੂੰ ਜਿਹੜੇ 2 ਫੁੱਟੇ ਟਾਇਰ ਆ ਉਹ ਵੀ ਨਹੀਂ ਪਏ ਹੋਏ ਉਹਦੀ ਵਜ੍ਹਾ ਇਹ ਕਿ ਕੰਮ-ਕੁਮ 'ਚ ਬਿਜ਼ੀ ਰਹੇ ਭਾਜੀ ਹਾਂਜੀ ਭਾਜੀ ਤੇ ਨਹੀਂ ਟਾਈਮ ਲੱਗਾ ਹਜੇ ਲਗਾਉਣ ਦਾ ਕਿਉਂਕਿ ਕੰਮ 'ਚੋਂ ਟਾਇਰ ਨਹੀਂ ਚੱਲਦੇ ਟਾਇਰ ਇਹੀ ਕੰਮ ਆਉਂਦੇ ਨੇ ਤੇ ਹਾਈ ਐਂਡ ਟਰੈਕਟਰ ਆ ਯਾਰ ਬਹੁਤ ਹੀ ਪਿਆਰੀ ਵੀਡੀਓ ਹੋਣ ਵਾਲੀ ਹੈ ਤੇ ਸਟਾਰਟ ਕਰਨ ਲੱਗੇ ਆ ਹੁਣੀ ਦੇਰ ਤੱਕ ਲਾਈਕ ਕਰ ਦਿਓ ਯਾਰ ਭਾਜੀ ਆਪਾਂ ਜਾਣਕਾਰੀ ਮੈਂ ਹੁਣ ਘੱਟ ਤੇ ਤੁਸੀਂ ਕੰਮ ਜ਼ਿਆਦਾ ਕਰਵਾਇਆ ਤੇ ਕੀਤਾ ਤੁਸੀਂ ਥੋੜਾ ਦੱਸੋ ਕਿ ਇਸ ਟਰੈਕਟਰ 'ਚ ਕੀ ਕੀ ਕੰਮ ਹੋਇਆ ਭਾਜੀ ਇੰਜਨ ਵੱਡਾ ਰਖਵਾਇਆ ਇਹਦੇ ਤੇ ਬਾਕੀ ਦੌੜਾਂ ਵਾਸਤੇ ਵੀ ਤਿਆਰ ਕੀਤਾ ਆਪਾਂ ਤਵੀਆਂ ਵਾਸਤੇ ਵੀ ਦੌੜਦਾ ਵੀ ਕਹਿੰਦੇ ਐਂਡ ਹੀ ਹੈ ਹਾਈ ਐਂਡ ਹੀ ਦੌੜਦਾ ਮਤਲਬ ਹਾਂਜੀ ਭਾਜੀ ਹਾਈ ਐਂਡ ਗੱਡੀਆਂ ਛੱਡੀਆਂ ਕਹਿੰਦੇ ਇਹਦੇ ਨਾਲ ਹਾਂਜੀ ਹਾਂਜੀ ਤੇ ਯਾਰ ਮੈਂ ਦੀ ਟੌਪ ਸਪੀਡ ਦੀ ਗੱਲ ਕਰਾਂ ਆਮ ਮੈਂ ਕਾਫੀ ਟਰੈਕਟਰਾਂ ਦੀ ਇੰਟਰਵਿਊ ਵੀ ਕੀਤੀ ਹੈ ਜਿੱਥੇ ਤੱਕ ਮੈਨੂੰ ਪਤਾ ਲੱਗਾ ਕਿ 100 ਤੱਕ 110 ਤੱਕ 120 ਤੱਕ ਵੀ ਟਰੈਕਟਰ ਭਜਦੇ ਮੈਨੂੰ ਉਹਨਾਂ ਨੇ ਦੱਸਿਆ ਮੈਂ ਖੈਰ ਆਪ ਟਰਾਈ ਤਾਂ ਨਹੀਂ ਲਿੱਤੀ ਬਟ ਜੋ ਇਨਫੋਰਮੇਸ਼ਨ ਅਸੀਂ ਦਿੰਨੇ ਆ ਨਾ ਆਪਣੇ ਦੋਸਤਾਂ ਨੂੰ ਉਹ ਬਿਲਕੁਲ ਰਾਈਟ ਇਨਫੋਰਮੇਸ਼ਨ ਦਿੰਨੇ ਆ ਤੇ ਆਪਾਂ ਅੱਜ ਦੀ ਵੀਡੀਓ 'ਚ ਵੀ ਕੁਝ ਝੂਠ ਕੁਝ ਨਹੀਂ ਲੈ ਕੇ ਆਣਾ ਜੋ ਹੋਏਗਾ ਉਹ ਸੱਚ ਹੋਏਗਾ ਤੇ ਅੱਜ ਦੀ ਜੋ ਇਨਫੋਰਮੇਸ਼ਨ ਹੈ ਨਾ ਭਾਜੀ ਤੁਹਾਨੂੰ ਹਾਈ ਐਂਡ ਜਿਹੜੀ ਟੌਪ ਸਪੀਡ ਹੈ ਨਾ ਸਟ੍ਰੈਕਟਰ ਦੀ ਕਿੱਥੇ ਤੱਕ ਉਹ ਗੱਲ ਕਰਦੇ ਆ ਭਾਜੀ ਕਿੱਥੇ ਤੱਕ ਜਾਂਦਾ 140 ਪਲੱਸ ਹੀ ਜਾਂਦਾ ਭਾਜੀ ਭਾਜੀ 150 ਤੱਕ ਮੈਂ ਲੱਗਿਆ ਸੁਣਿਆ ਤੁਹਾਡਾ ਟਰੈਕਟਰ ਦਾ ਹੀ ਸੱਚ ਜੋ ਵੀ ਆ ਆਪਾਂ ਕਲੀਅਰ ਗੱਲ ਕਰੀਏ ਚਲੋ 140 ਪਲੱਸ 140 140 ਦੀ ਸਪੀਡ ਹੀ ਆਪਾਂ ਲੈ ਕੇ ਚੱਲਦੇ ਆ ਤੇ ਥੋੜਾ ਨਹੀਂ ਆ ਮੇਰੇ ਵੀਰ ਤੇ ਇੱਕ ਜਿਹੜੀ ਸਪੈਸ਼ਲ ਗੱਲ ਹੈ ਨਾ ਮੈਂ ਉਹ ਪੁੱਛ ਕੇ ਦੱਸਦਾ ਦਿੱਲੀ ਆਪਾਂ ਕਿੰਨੀ ਦੇਰ 'ਚ ਪਹੁੰਚੇ ਸੀ ਦਿੱਲੀ ਭਾਈ 9 ਘੰਟਿਆਂ 'ਚ ਟਰਾਲੀ ਵੱਡੀ 2 ਟਰਾਲੀਆਂ ਪਿੱਛੇ ਪਾਈਆਂ ਭਾਈ 2 ਟਰਾਲੀਆਂ ਪਿੱਛੇ ਪਾ ਕੇ 9 ਘੰਟਿਆਂ ਦੇ ਵਿੱਚ ਦਿੱਲੀ ਟੱਚ ਕੀਤਾ ਮੇਰੇ ਵੀਰ ਨੇ ਤੇ ਟੌਪ ਸਪੀਡ ਹੈਗੀ ਹੈ ਇਹ ਇੱਕ ਟਰੈਕਟਰ ਦੀ 140 ਹੈ ਜਾਂ ਆਪਾਂ ਸਾਰੇ ਹੀ ਕੀਤੇ ਹੋਏ ਆ ਇਹ ਭਾਈ ਮਤਲਬ ਟੌਪ ਸਪੀਡ ਇਹਦੀ ਤਿਆਰ ਕੀਤੀ ਟੌਪ ਸਪੀਡ ਇਹਦੀ ਤਿਆਰ ਕੀਤੀ ਆ ਉਹ ਤਾਂ ਸਾਰੇ ਭੱਜਦੇ 100 ਪਲੱਸ ਆ ਰਹੀ ਹੈ ਹਾਂ 100 ਪਲੱਸ ਆ ਰਹੀ ਹੈ ਭਾਈ ਮੇਨ ਜਿਹੜੇ ਹਾਈ ਐਂਡ ਟਰੈਕਟਰ ਦੀ ਜਿਹੜੀ ਮੇਨ ਖਾਸੀਅਤ ਹੈ ਨਾ ਜਿੱਥੋਂ ਹਿੱਟ ਹੋਏ ਨੇ ਮੇਰੇ ਭਰਾ ਇਹ ਹੋਏ ਨੇ ਸਪੀਡ ਤੋਂ ਠੀਕ ਹਾਂਜੀ ਹਾਂਜੀ ਤੇ ਸਪੀਡ ਤੋਂ ਹੀ ਕੰਮ ਚੱਕਿਆ ਇਹਨਾਂ ਨੇ ਤੇ ਸਪੀਡ ਨਾਲ ਹੀ ਉਨੀ ਹੀ ਸਪੀਡ ਨਾਲ ਭਰਾ ਮੇਰੇ ਰਾਈਸ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਨਾਮ ਬਣਾ ਰਹੇ ਨੇ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਦਾਂ ਹੀ ਨਾਮ ਬੰਦਾ ਰਵੇ ਵਧੀਆ ਵਧੀਆ ਕੰਮ ਕਰਦੇ ਰਹੋ ਤੇ ਟਰੈਕਟਰ ਦੀ ਆਪਾਂ ਇਹ ਮੇਨ ਟਰੈਕਟਰ ਦਾ ਆਪਣਾ ਹਾਈ ਐਂਡ ਦਾ ਜਿਹੜਾ ਭਾਈ ਟੌਪ ਸਪੀਡ ਵਾਲਾ 140 ਵਾਲਾ ਹਾਂਜੀ ਤੇ ਇਹ ਗੱਲ ਸਿਰਫ ਵਰਬਲੀ ਨਹੀਂ ਹੈ ਜਾਂ ਜੋ ਮੈਂ ਬੋਲ ਰਿਹਾ ਜਾਂ ਭਾਜੀ ਕਹਿ ਰਿਹਾ ਨਹੀਂ ਹੈ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤੇ ਭਾਈ ਨੂੰ ਡੀਐਮ ਕਰਿਓ ਭਾਈ ਤੁਹਾਨੂੰ ਵਿਦ ਪ੍ਰੂਫ ਇੱਥੇ ਨਾਲ ਬਿਠਾ ਕੇ ਡਰਾਈਵ ਦੇਣਗੇ ਕੋਈ ਚੱਕਰ ਨਹੀਂ ਭਾਜੀ ਜੇ ਉਹਨੂੰ ਵੀ ਜਾਣਾ ਬੈਵਾਂ ਵੀ ਨਹੀਂ ਜਾਂਦਾ ਇੰਨੇ ਦੇ ਆਜੋ ਲਾ ਦਾਂਗੇ ਪੂਰਾ 140 ਤਾਂ ਲਾ ਕੇ ਦਿਖਾਊਗਾ ਭਰਾ ਮੇਰਾ ਤੇ ਦੌੜਾ ਕੇ ਦਿਖਾਊਗਾ ਕਿ 140 ਆਪਾਂ ਸੱਚ ਬੋਲਿਆ ਵੀਡੀਓ ਦੇ ਵਿੱਚ ਤੇ 140 ਮੀਟਰ ਦੇ ਤੁਹਾਨੂੰ ਸੂਈ ਜਾਂਦੀ ਦਿਖੇਗੀ ਬਿਲਕੁਲ ਭਾਜੀ ਠੀਕ ਹੈ ਨਾ ਭਾਜੀ ਤੇ ਆਪਾਂ ਥੋੜਾ ਜਿਹਾ ਭਾਜੀ ਅਗਲੇ ਟਰੈਕਟਰਾਂ ਦੇ ਵੱਲ ਜਾਂਦੇ ਆ ਮੈਂ ਜਿੱਦਾਂ ਕਿ ਇੱਥੇ ਪੜ ਰਿਹਾ ਭਾਜੀ ਨਿਜਲ ਫਾਰਮ ਹਾਈ ਐਂਡ ਨਿਜਲ ਫਾਰਮ ਦੇ ਟਰੈਕਟਰਸ ਵੀ ਇੰਸਟਾਗ੍ਰਾਮ ਤੇ ਮੈਂ ਦੇਖੇ ਆ ਬਹੁਤ ਫੇਮਸ ਦੇ ਸੀਗੇ ਤੇ ਹਾਈ ਐਂਡ ਨਾਲੇ ਤੁਹਾਡੇ ਨਾਲ ਹੀ ਗਰੁੱਪ ਦੇ ਨਾਲ ਹੀ ਪੂਰਾ ਹੁੰਦਾ ਹਾਂਜੀ ਹਾਂਜੀ ਭਾਜੀ ਤੇ ਇੱਕ ਮੈਂ ਭਾਜੀ ਬੜਾ ਛੋਟਾ ਜਿਹਾ ਤੇ ਮਾਡਲ ਇਸ ਟਰੈਕਟਰ ਤੇ ਵੀ ਦੇਖ ਰਿਹਾ ਤੇ ਉਸ ਟਰੈਕਟਰ ਤੇ ਵੀ ਦੇਖ ਰਿਹਾ ਯਾਰ ਬੜੇ ਵਧੀਆ ਲੱਗ ਰਹੇ ਮੈਨੂੰ ਮਾਡਲ ਬੜੇ ਸੋਹਣੇ ਤਿਆਰ ਕੀਤੇ ਆ ਅਲੋਏ ਵੀ ਵਿੱਚ ਪਾਤੇ ਭਾਜੀ ਨੇ ਤਾਂ ਮਾਡਲ ਦੇ ਵਿੱਚ ਹੀ ਹਾਂਜੀ ਹਾਂਜੀ ਭਾਜੀ ਬਹੁਤ ਸੋਹਣੇ ਤਿਆਰ ਕੀਤੇ ਆ ਮਾਡਲ ਵੀ ਤੇ ਪੂਰਾ ਯੰਕੀ ਕੰਮ ਕੀਤਾ ਬੰਪਰ ਵੀ ਉਹਨਾਂ ਹੀ ਐਕਸਟੈਂਡ ਕਰਕੇ ਹਰ ਟਰੈਕਟਰ ਨੂੰ ਮੈਂ ਤੁਹਾਡੇ ਦੇਖ ਰਿਹਾ ਹਾਂ ਕਿ ਬੰਪਰ ਜਿਹੜੇ ਆ ਭਾਜੀ ਬੜੇ ਐਕਸਟੈਂਡ ਕਰਕੇ ਲੱਗੇ ਹੋਏ ਆ ਹਾਂਜੀ ਭਾਜੀ ਸਾਰੇ ਟਰੈਕਟਰਾਂ ਦੇ ਬਿਲਕੁਲ ਤੇ ਇਹ ਜਦੋਂ ਭੱਜਦੇ ਆ ਫਿਰ ਭਾਜੀ ਪੂਰੀ ਐਨ ਜਹਾਜ਼ ਹੀ ਲੱਗਦਾ ਭੱਜਦਾ ਬੰਪਰ ਕਈ ਵਾਰ
ਸਿਟੀ ਦਾ ਕੀ ਵਰਕ ਹੈ ਆਪਾਂ ਉਹਨੂੰ ਪ੍ਰੈਕਟੀਕਲੀ ਕਰਕੇ ਦਿਖਾਈਏ ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਮੇਰੇ ਵੀਡੀਓ ਦੇਖ ਰਹੇ ਆ ਮੇਰੇ YouTube ਫੈਮਿਲੀ ਮੈਂਬਰ ਮੇਰੇ ਭਰਾ ਜੁੜੇ ਆ ਮੇਰੇ ਨਾਲ ਕਈਆਂ ਬੰਦਿਆਂ ਨੂੰ ਤਾਂ ਬਹੁਤ ਬੰਦਿਆਂ ਨੂੰ ਪਤਾ ਹੋਏਗਾ ਬਟ ਬਹੁਤ ਬੰਦਿਆਂ ਨੂੰ ਨਹੀਂ ਵੀ ਪਤਾ ਹੋਏਗਾ ਕਿ ਸਿਟੀ ਦਾ ਕੀ ਵਰਕ ਹੈ ਸਿਟੀ ਆਪਾਂ ਇੱਕ ਵਾਰੀ ਚਲਾ ਕੇ ਦਿਖਾਈਏ ਭਾਜੀ ਕੀ ਹੈ ਹਾਂਜੀ ਤੇ ਆਓ ਆਪਾਂ ਸਿਟੀ ਤਾਂ ਦੇਖਦੇ ਆ ਕਿ ਕਿੱਦਾਂ ਸਿਟੀ ਵੱਜਦੀ ਹੈ ਤੇ ਕਿੱਦਾਂ ਚੱਲਦੀ ਹੈ ਇਹ ਯਾਰ ਹੁਣ ਸਟਾਰਟ ਹੋ ਰਹੀ ਹੈ ਸਿਟੀ ਵੱਜਣੀ ਦੇਖਦੇ ਆ ਸਿਟੀ ਕਿੱਦਾਂ ਵੱਜਦੀ ਹੈ ਮੈਂ ਤੁਹਾਨੂੰ ਤਾਂ ਪੁੱਛਿਆ ਸੀਗਾ ਕਿ ਕੁਛ ਐਕਸਟਰਾ ਤੁਹਾਡੇ ਟਰੈਕਟਰ ਨੂੰ ਕੀ ਹੋਇਆ ਮੈਨੂੰ ਉਹਦੇ ਬਾਰੇ ਜਾਣਕਾਰੀ ਦਿਓ ਤੇ ਇੱਕ ਮੈਨੂੰ ਹੋਰ ਬੜੀ ਵਧੀਆ ਇੱਥੇ ਮੈਂ ਭਰਾਵਾਂ ਨਾਲ ਜਦੋਂ ਗੱਲਬਾਤ ਕਰ ਰਿਹਾ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਐਕਸਟੈਂਡ ਬੰਪਰ ਦਾ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਸੀ ਉਹ ਵੀ ਹਾਈ ਐਂਡ ਟਰੈਕਟਰ ਵਾਲਿਆਂ ਨੇ ਹੀ ਸ਼ੁਰੂ ਕੀਤਾ ਸੀ ਇਹ ਭਾਜੀ 4 ਸਾਲ ਹੋ ਗਏ ਜੀ ਜਦੋਂ ਆਪਾਂ ਸਿਟੀ ਲਾਈ ਸੀਗੀ ਉਦੋਂ ਹੀ ਆਪਾਂ ਬੰਪਰ ਲੰਬਾ ਲਾਇਆ ਪਹਿਲਾਂ ਮਤਲਬ 24 ਇੰਚੀ ਲੰਬਾ ਲੱਗਾ ਸੀਗਾ ਤੇ ਫਿਰ 29 ਆਪਣਾ ਤੇ ਯਾਰ ਬਹੁਤ ਹੀ ਵਧੀਆ ਲੱਗਾ ਮੈਨੂੰ ਕੰਮ ਤੇ ਇਹ ਟਰੈਕਟਰ ਜਦੋਂ ਪੂਰੇ ਹੁਣ ਤਾਂ ਕੰਮ 'ਚੋਂ ਆਪਾਂ ਟਾਈਮ ਲਿਆ ਭਾਜੀ ਕੋਲ ਕੰਮ ਕੁੰਮ ਚੱਲ ਰਹੇ ਸੀਗੇ ਤੇ ਉਹਨਾਂ 'ਚੋਂ ਟਾਈਮ ਕੱਢਿਆ ਥੋੜ੍ਹਾ ਜਿਹਾ ਟਾਈਮ ਇਨ ਫਿਊਚਰ ਜਦੋਂ ਵੀ ਟਾਈਮ ਲੱਗੇਗਾ ਨਾ ਫੁੱਲ ਰੈਡੀ ਹੋਏਗਾ ਜਦੋਂ ਟਰੈਕਟਰ ਨੂੰ ਪੂਰੇ ਟਾਇਰ ਟੂਰ ਲੱਗੇ ਹੋਣਗੇ ਇੱਕ ਵਾਰੀ ਉਦੋਂ ਵੀ ਜ਼ਰੂਰ ਆਪਾਂ ਮਿਲਣ ਆਵਾਂਗੇ ਭਾਜੀ ਤੁਹਾਨੂੰ ਕੋਈ ਚੱਕਰ ਨਹੀਂ ਸਾਡੇ ਦੋਸਤਾਂ ਲਈ ਜ਼ਰੂਰ ਟਾਈਮ ਦਈਓ ਜਿਨ੍ਹਾਂ ਨੂੰ ਹੁਣ ਭੁਲੇਖਾ ਵੀ ਨਹੀਂ 140 ਦੇ ਜਾਂਦਾ ਉਦੋਂ ਆਪਾਂ ਇਹਨੂੰ 140 ਦੇ ਕਰਾਂਗੇ ਤੇ ਬਾਕੀ ਸਾਰੇ ਟਰੈਕਟਰ ਨੂੰ ਟਾਇਰ ਪਾਵਾਂਗੇ ਚੋੜੇ ਤੇ ਆਪਾਂ ਜ਼ਰੂਰ ਉਹਦੀ ਵੀ ਇਨਫੋਰਮੇਸ਼ਨ ਪੂਰੀ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਹਾਂਜੀ ਤੇ ਇਹ ਸੀਗੀ ਯਾਰ ਅੱਜ ਦੀ ਸਾਰੀ ਇਨਫੋਰਮੇਸ਼ਨ ਭਾਜੀ ਕੁਝ ਵੀ ਮਿਸ ਤਾਂ ਨਹੀਂ ਕਰ ਰਹੇ ਆਪਾਂ ਜਿੱਦਾਂ ਭਾਜੀ ਆਪਾਂ ਟਰੈਕਟਰ ਸਿੰਪਲ ਮੇਲਿਆਂ 'ਚ ਰੱਖਿਓ ਤਵੀਆਂ ਮੁਕਾਬਲੇ 'ਚ ਭਜਾਉਂਦੇ ਤਵੀਆਂ ਦੇ ਮੁਕਾਬਲੇ ਜੀ ਭਾਜੀ ਨੇ ਮੈਨੂੰ ਦੱਸਿਆ ਸੀਗਾ ਕਿ ਜੀ ਤਵੀਆਂ ਦੇ ਮੁਕਾਬਲੇ ਵੀ ਪੂਰੇ ਲਾਉਂਦੇ ਆ ਹਾਂਜੀ ਤੇ ਭਾਜੀ ਕੋਲ ਟਰੋਫੀ ਜਲਦੀ ਆਏਗੀ ਉਮੀਦ ਕਰਦੇ ਆ ਜਲਦੀ ਜਲਦੀ ਭਾਜੀ ਤਵੀਆਂ ਦਾ ਮੁਕਾਬਲਾ ਜਿੱਤ ਕੇ ਟਰੋਫੀ ਵੀ ਲਿਆਉਣਗੇ ਉਹ ਵੀ ਆਪਾਂ ਆਪਣੇ ਵੀਡੀਓ 'ਚ ਜ਼ਰੂਰ ਦਿਖਾਵਾਂਗੇ ਤੁਹਾਨੂੰ ਇਹ ਸੀਗੀ ਅੱਜ ਦੀ ਸਾਰੀ ਇਨਫੋਰਮੇਸ਼ਨ ਯਾਰ ਟਰੈਕਟਰ ਤੁਹਾਨੂੰ ਸਾਰੇ ਦਿਖਾ ਦਿੱਤੇ ਗਏ ਆ ਹਰ ਟਰੈਕਟਰ ਦੇ ਵਿੱਚ 100 ਪਲੱਸ ਸਪੀਡਾਂ ਨੇ ਤੇ 140 ਦੇ ਪਲੱਸ ਤੁਹਾਡੇ ਸਾਹਮਣੇ ਟਰੈਕਟਰ ਉਹ ਟਰੈਕਟਰ ਭਾਈ ਹੁਣ ਵੀ 100 ਤੇ ਜਾਂਦਾ ਉਹ ਜਿਹੜਾ ਪਾਲੇ ਪਾਸੇ ਜ਼ਿਮੀਂਦਾਰ ਖੜਾ ਹੈ ਅੱਛਾ ਜੀ ਇੱਕ ਮੈਂ ਟਰੈਕਟਰ ਥੋੜਾ ਜਿਹਾ ਦਿਖਾਣਾ ਚਾਹੂੰਗਾ ਜ਼ਿਮੀਂਦਾਰ ਟਰੈਕਟਰ ਇਹ ਟਰੈਕਟਰ ਹੈ ਕਿਹੜਾ ਵਾ ਇੱਕ ਚੀਜ਼ ਮੈਂ ਹੋਰ ਛੁੱਟੀ ਦੱਸਣਾ ਚਾਹੁੰਦਾ ਜਦੋਂ ਮੈਂ ਐਂਟਰ ਕੀਤਾ ਨਾ ਇਹ ਸਾਰੇ ਭਰਾਵਾਂ ਨੇ ਇੰਨਾ ਪਿਆਰ ਸਤਿਕਾਰ ਮਾਨ ਦਿੱਤਾ ਮਜ਼ਾ ਆਇਆ ਸਾਰਿਆਂ ਨਾਲ ਮਿਲ ਕੇ ਬੜੇ ਹੀ ਨਾਈਸ ਨੇਚਰ ਦੇ ਭਰਾ ਮੇਰੇ ਸਾਰੇ ਦਿਲ ਖੁਸ਼ ਹੋਇਆ ਇਹਨਾਂ ਨਾਲ ਮਿਲ ਕੇ ਵੀ ਜ਼ਰੂਰ ਯਾਰ ਜੋ ਵੀ ਕੁਛ ਨੌਲੇਜ ਲੈਣਾ ਚਾਹੁੰਦੇ ਹੋ ਨਾ ਜ਼ਰੂਰ ਮਿਲਿਓ ਭਰਾ ਮੇਰੇ ਬਹੁਤ ਵਧੀਆ ਸੁਭਾਅ ਦੇ ਨੇ ਨੇਚਰ ਬਹੁਤ ਵਧੀਆ ਲੱਗਾ ਮੈਨੂੰ ਪਿਆਰ ਦਿੱਤਾ ਭਰਾਵਾਂ ਨੇ ਇਹਦੇ ਲਈ ਸ਼ੁਕਰੀਆ ਸਾਰੇ ਭਰਾਵਾਂ ਨੇ ਸਾਡੇ ਲਈ ਟਾਈਮ ਕੱਢਿਆ ਤੇ ਬਾਕੀ ਤਿੰਨ ਚਾਰ ਪੂਰੇ ਦਿਲੋਂ ਇਹਨਾਂ ਦਾ ਸ਼ੁਕਰੀਆ ਕਰਦੇ ਆ ਤਿੰਨ ਭਰਾ ਆਪਣੇ ਤਿੰਨ ਚਾਰ ਬਾਹਰ ਵੀ ਆ ਗਰਜੋਤ ਧਨੋਆ ਤੇ ਬਪਿੰਦਰ ਸਿੰਘ ਕਿਹੜੀ ਜਗ੍ਹਾ ਤੇ ਹਿੱਟ ਜੱਟ ਕਿਹੜੀ ਜਗ੍ਹਾ ਤੇ ਕੈਨੇਡਾ ਭਾਜੀ ਕੈਨੇਡਾ ਤੋਂ ਭਰਾ ਨੇ ਜਿਹੜੇ ਹਾਈ ਐਂਡ ਗਰੁੱਪ ਦੇ ਹੀ ਮੈਂਬਰ ਨੇ ਅੱਜ ਕੱਲ ਬਾਹਰ ਨੇ ਉਹਨਾਂ ਦਾ ਵੀ ਸ਼ੁਕਰੀਆ ਯਾਰ ਤੇ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਯਾਰ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਬਹੁਤ ਬਹੁਤ ਥੈਂਕਸ ਤੁਹਾਡਾ ਇਹ ਸੀਗੀ ਸਾਰੀ ਅੱਜ ਦੀ ਇਨਫੋਰਮੇਸ਼ਨ ਅਗਲੀ ਇਨਫੋਰਮੇਸ਼ਨ ਲਈ ਨੈਕਸਟ ਵੀਡੀਓ ਫਿਰ ਤੁਹਾਡੇ ਲਈ ਰੈਡੀ ਹੈ ਜ਼ਰੂਰ ਆਏਗੀ
तो इदा ही अपना प्यार देंदे रहना, चैनल में लाइक तो शेयर तो वीडियो में ज़्यादा तो ज़्यादा शेयर करनी है, तो चैनल में करना सबसक्राइब। अपना प्यार देने लिए शुक्रिया। मॉडिफाइड अंडरस्कोर क्लब 2020 साड़ी इंस्टाग्राम आईडी देखना ना भूलना। मिलते हैं अगली वीडियो। थैंक्स फॉर वॉचिंग।